ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬੀ ਟੇਸ਼ਨ ਅਤੇ ਤੁਹਾਡੇ ਨਾਲ ਹਾਂ ਸਿਮਰਨ ਹੰਸ। ਅਤੇ ਅੱਜ ਦੀ ਇਸ ਦੌਰ ਦੇ ਵਿੱਚ ਮਾਂ 'ਤੇ ਕਾਫੀ ਸਾਰੀਆਂ ਫਿਲਮਾਂ ਪਹਿਲਾਂ ਵੀ ਬਣੀਆਂ ਨੇ ਅਤੇ ਇੱਕ ਫਿਲਮ ਜਿਹੜੀ ਹੈ ਬਾਲੀਵੁੱਡ ਇੰਡਸਟਰੀ ਦੇ ਵਿੱਚ ਬਣਨ ਜਾ ਰਹੀ ਹੈ ਮਾਂ, ਜੋ ਕਿ 6 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੇ ਆਰਟਿਸਟ ਰਘਵੀਰ ਬੋਲੀ ਜੀ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਚੜ੍ਹਦੀਆਂ ਗੱਲਾਂ 'ਚ। ਅਤੇ ਸਭ ਤੋਂ ਪਹਿਲਾਂ ਤਾਂ ਫਿਲਮ ਦੀ ਹੀ ਗੱਲ ਕਰਦੇ ਹਾਂ। ਮਾਂ ਇੱਕ ਅਜਿਹਾ ਸ਼ਬਦ ਜੋ ਕਿ ਮਮਤਾ ਦਾ ਦੂਜਾ ਨਾਮ ਹੈ, ਰੱਬ ਦਾ ਦੂਜਾ ਨਾਮ ਹੈ, ਤੇ ਇਹੋ ਜਿਹੀ ਫਿਲਮ ਦੇ ਵਿੱਚ ਕੰਮ ਕਰਨ ਦਾ ਤੁਹਾਨੂੰ ਵੀ ਮੌਕਾ ਮਿਲਿਆ, ਤੁਹਾਡਾ ਵੀ ਕਿਰਦਾਰ ਹੈ, ਕੀ ਕਹਿਣਾ ਇਸ ਬਾਰੇ? ਬਹੁਤ ਵਧੀਆ ਜੀ। ਸਬਜੈਕਟ ਹੀ ਆਪਣੇ ਆਪ 'ਚ ਬਹੁਤ ਵੱਡਾ ਇਹ, ਹੈ ਨਾ, ਜਿਵੇਂ ਤੁਸੀਂ ਦੱਸਿਆ ਵੀ ਮਾਂ 'ਤੇ ਹੈ, ਅਤੇ ਮਾਂ ਨੂੰ ਅਸੀਂ ਸ਼ਬਦਾਂ 'ਚ ਡਿਸਕ੍ਰਾਈਬ ਨਹੀਂ ਕਰ ਸਕਦੇ, ਤਾਂ ਉਹ ਪੂਰਾ ਯੂਨੀਵਰਸ ਆਪਣੇ ਆਪ 'ਚ, ਅਤੇ ਜਿੱਦਾਂ ਰੱਬ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਨਾ, ਮਾਂ ਦੀ ਮਤਲਬ ਜਿਹੜੀ ਹੋਂਦ ਆ ਉਹਨੂੰ ਦੱਸਣ ਲਈ ਸਾਡੇ ਕੋਲ ਸ਼ਬਦਾਂ ਦੀ ਘਾਟ ਪੈ ਸਕਦੀ ਆ। ਤਾਂ ਔਰ ਇਸ ਫਿਲਮ ਦੇ ਵਿੱਚ ਮੈਨੂੰ ਮੌਕਾ ਮਿਲਿਆ ਆਪਣਾ ਕੰਮ ਕਰਨ ਦਾ, ਕਿਰਦਾਰ ਕਰਨ ਦਾ, ਤਾਂ ਉਹਦੇ ਲਈ ਸ਼ੁਕਰੀਆ ਗਿੱਪੀ ਬਾਈ ਹੋਰਾਂ ਦਾ, ਰਾਣੇ ਬਾਈ ਹੋਰਾਂ ਦਾ, ਸਾਰੀ ਟੀਮ ਦਾ, ਬਲਜੀਤ ਭਾਈ ਹੋਰਾਂ ਦਾ, ਅਤੇ ਜਿਨ੍ਹਾਂ ਨੇ ਮੈਨੂੰ ਇਹ ਇੰਨਾ ਸੋਹਣਾ ਕਿਰਦਾਰ ਮੇਰੀ ਝੋਲੀ ਪਾਇਆ। ਤੁਹਾਡਾ ਜਿਹੜਾ ਕਿਰਦਾਰ ਹੈ ਉਹ ਟ੍ਰੇਲਰ 'ਚ ਵੇਖ ਕੇ ਪਤਾ ਲੱਗਦਾ ਵੀ ਕਾਫੀ ਅਨਯੂਜੁਅਲ ਆ, ਤੇ ਤੁਸੀਂ ਵੀ ਇਹੋ ਜਿਹਾ ਕਿਰਦਾਰ ਨਹੀਂ ਕੀਤਾ, ਤੇ ਤੁਸੀਂ ਇਸ ਕਿਰਦਾਰ ਲਈ ਆਬਜ਼ਰਵੇਸ਼ਨ ਕਿਸ ਨੂੰ ਆਬਜ਼ਰਵ ਕੀਤਾ ਜਾਂ ਫਿਰ ਕਿੱਦਾਂ ਪ੍ਰਿਪੇਅਰ ਕੀਤਾ ਇਸ ਕਿਰਦਾਰ ਲਈ? ਇਹ ਕਿਰਦਾਰ ਲਈ ਜੀ ਆਬਜ਼ਰਵੇਸ਼ਨ ਤਾਂ ਇਹ ਵੀ ਜਿੱਦਾਂ ਸਾਡੇ ਆਲੇ ਦੁਆਲੇ ਕਈ ਤੁਹਾਡੇ ਸਬਕੌਂਸ਼ੀਅਸ ਮਾਇੰਡ 'ਚ ਚੀਜ਼ਾਂ ਪਈਆਂ ਹੁੰਦੀਆਂ, ਕਈ ਫਿਰ ਤੁਸੀਂ ਤਿਆਰੀ ਨਾਲ ਐਡ ਆਨ ਕਰਦੇ ਹੋ, ਤਾਂ ਇਹ ਮੈਨੂੰ ਜਦੋਂ ਕਿਰਦਾਰ ਦੱਸਿਆ ਸੀਗਾ ਗਿੱਪੀ ਬਾਈ ਹੋਰਾਂ ਨੇ ਕਿਹਾ ਸੀ ਫਿਲਮ ਬਣਾ ਰਿਹਾ ਮਾਂ, ਤਾਂ ਰਾਣੇ ਵੀਰੇ ਦਾ ਫੋਨ ਆਉਣਾ, ਤਾਂ ਉਹ ਤੁਹਾਨੂੰ ਦੱਸਣਗੇ ਕਿਰਦਾਰ ਬਾਰੇ, ਤਾਂ ਉਹਨਾਂ ਨੇ ਦੱਸਿਆ ਸੀ ਮੈਨੂੰ ਵੀ ਸੋਹਣਾ ਨਾਂ ਦਾ ਕਿਰਦਾਰ ਹੈ ਅਤੇ ਉਹ ਬੋਲਦਾ ਨਹੀਂ ਹੈਗਾ, ਅਤੇ ਇਹ ਕਿਰਦਾਰ ਆ, ਅਤੇ ਆਹ ਉਹਦੇ ਸੀਨ ਹੋਣਗੇ, ਅਤੇ ਬਾਕੀ ਮੈਂ ਜਿਹੜੀ ਫਾਈਨਲ ਸਕ੍ਰਿਪਟ ਹੋਊਗੀ ਉਹ ਭਿਜਵਾ ਦੂੰਗਾ, ਹੈ ਨਾ, ਤਾਂ ਵੀ ਤੂੰ ਇਹਦੀ ਦੇਖ ਲਈ। ਤਾਂ ਫਿਰ ਮੈਂ ਉਹਦੀ ਉਸ ਹਿਸਾਬ ਨਾਲ ਤਿਆਰੀ, ਮੈਂ ਕਿਹਾ ਵੀ ਉਹ ਬੋਲਦਾ ਨਹੀਂ ਹੈਗਾ, ਪਰ ਉਹਦੇ ਨਾਲ ਹੋਰ ਐਡ ਆਨ ਕੀ ਕਰਾਂ ਕਿ ਉਹਦੀ ਮਾਸੂਮੀਅਤ ਰਹੇ, ਹੈ ਨਾ, ਲੋਕਾਂ 'ਚ ਜਿਹੜੇ ਦੇਖਣ ਉਹਨੂੰ ਉੱਦਾਂ, ਤਾਂ ਉਹ ਸਿੱਧਾ ਦਿਲੋਂ ਸਿੱਧਾ ਬਣਾ, ਤਾਂ ਉਹ ਚੀਜ਼ਾਂ ਮਤਲਬ ਸੋਹਣੇ 'ਚ ਪਾਉਣ ਲਈ, ਮਤਲਬ ਉਹ ਸਕ੍ਰਿਪਟ ਦੇ ਵਿੱਚ ਸੀਗੇ ਵੀ ਬੋਲਦਾ ਨਹੀਂ ਹੈਗਾ, ਪਰ ਉਹਦੇ ਆਲੇ ਦੁਆਲੇ ਜੋ ਕਰੈਕਟਰ ਦੀ ਬਣਤਰ ਸੀਗੀ, ਉਹਦਾ ਉੱਠਣਾ, ਉਹਦਾ ਬੈਠਣਾ, ਉਹਦਾ ਤੁਰਨਾ, ਉਹਦੀ ਦਿੱਖ, ਉਹਦਾ ਕੋਸਟਿਊਮ 'ਚ ਉਹਦੇ ਨਵੇਂ ਵੀ ਕੱਪੜੇ ਪਾਏ ਹੋਏ ਆ, ਪਰ ਉਹਨੂੰ ਕੈਰੀ ਕਰਨ ਦਾ ਉਹਦਾ ਆਪਣਾ ਉਹ, ਹੈ ਨਾ, ਮਤਲਬ ਕੀ ਕਹਿ ਸਕਦਾ ਵੀ ਸੁਭਾਅ ਕਹਿ ਸਕਦੇ ਹਾਂ, ਜਿਹੜੀ ਉਹਦੇ ਸੁਭਾਅ 'ਚ ਚੀਜ਼ ਆ ਜਾਂਦੀ ਉਹ, ਤਾਂ ਉਹਨਾਂ ਨੂੰ ਮੈਨਰਿਜ਼ਮ ਸਾਰੀਆਂ ਚੀਜ਼ਾਂ ਨੂੰ ਫਿਰ ਮੈਂ ਆਪਣੇ 'ਚ ਐਡ ਆਨ ਕਰਕੇ ਸੋਹਣੇ ਦੇ ਕਿਰਦਾਰ ਨੂੰ ਫਿਰ ਕੀਤਾ। ਅੱਛਾ, ਜੇਕਰ ਮੈਂ ਤੁਹਾਡੀ ਗੱਲ ਕਰਾਂ, ਤੁਸੀਂ ਵੀ ਅਕਸਰ ਆਪਣੇ ਮਦਰ ਨੂੰ ਲੈ ਕੇ ਪੋਸਟ ਪਾਉਂਦੇ ਰਹਿੰਦੇ ਹੋ, ਅਤੇ ਜਿਹੜਾ ਤੁਸੀਂ ਇੱਕ ਪੋਸਟ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਸੀ ਕਿ ਤੁਹਾਡੇ ਮਦਰ ਨੇ ਵੀ ਤੁਹਾਡੇ ਪਿਤਾ ਦੇ ਜਾਣ ਤੋਂ ਬਾਅਦ ਤੁਹਾਨੂੰ ਕਾਫੀ ਔਕੜਾਂ ਦੇ ਨਾਲ ਪਾਲਿਆ, ਕਾਫੀ ਚੀਜ਼ਾਂ ਸਿਖਾਈਆਂ ਨੇ, ਅਤੇ ਉਹ ਫਿਲਮ ਦੇ ਵਿੱਚ ਵੀ ਸਾਨੂੰ ਕੁਝ ਅਜਿਹਾ ਹੀ ਵੇਖਣ ਨੂੰ ਮਿਲ ਰਿਹਾ। ਰਿਐਲਿਟੀ ਦੇ ਕਿੰਨੇ ਕਿ ਨੇੜੇ ਮੰਨਦੇ ਹੋ ਇਸ ਫਿਲਮ? ਮੈਂ ਤਾਂ ਪਹਿਲਾਂ ਵੀ ਦੱਸਿਆ ਸੀਗਾ ਮੇਰੇ ਬਹੁਤ ਰਿਲੇਟਿਵ ਇਹ, ਹੈ ਨਾ, ਕਿਉਂਕਿ ਜਿਹੜਾ ਦਿਵਿਆ ਮੈਡਮ ਦਾ ਕਿਰਦਾਰ ਆ ਉਹ ਵੀ ਮਤਲਬ ਛੋਟੀ ਉਮਰ 'ਚ, ਹੈ ਨਾ, ਜਦੋਂ ਬੱਚੇ ਛੋਟੇ ਹੁੰਦੇ ਆ ਉਦੋਂ ਘੁੱਗੀ ਭਾਅ ਜੀ ਹੋਰੀ ਉਹ ਐਂ ਵੀ ਚਲੋ ਫਿਲਮ ਦੇ ਵਿੱਚ ਸਟੋਰੀ ਕੁਛ ਹੋਰ ਹੈ, ਤਾਂ ਮੇਰਾ ਵੀ ਉੱਦਾਂ ਤਾਂ ਜਿੱਦਾਂ ਦਿਵਿਆ ਮੈਮ ਦਾ ਨਾਮ ਮਨਜੀਤ ਕੌਰ ਆ, ਮੰਮੀ ਦਾ ਵੀ ਮਨਜੀਤ ਕੌਰ ਹੈ, ਤਾਂ ਉੱਦਾਂ ਵੀ ਰਿਲੇਟੇਬਲ ਕਰਦਾ ਮੈਂ ਉਹਨੂੰ, ਹੈ ਨਾ, ਥੋੜ੍ਹਾ ਰਿਲੇਟੇਬਲ ਹੁੰਦਾ ਮੇਰੇ ਨਾਲ, ਤਾਂ ਇਹ ਵੀ ਸਟੋਰੀ ਇਹ, ਬਾਕੀ ਇਹ ਵੀ ਮੈਂ ਮੇਰੇ ਨਾਲ ਨਹੀਂ, ਕੋਈ ਵੀ ਅਸੀਂ ਗਾਣਾ ਸੁਣਦੇ ਹਾਂ ਜਾਂ ਫਿਲਮ ਦੇਖਦੇ ਹਾਂ ਉਹ 'ਚ ਇਹ ਕਿਸੇ ਕੋਲ ਮਾਂ ਨਹੀਂ ਹੁੰਦੀ ਜਾਂ ਕਿਸੇ ਕੋਲ ਡੈਡੀ ਨਹੀਂ ਹੁੰਦੇ, ਹੈ ਨਾ, ਪਿਓ ਨਹੀਂ ਹੁੰਦਾ, ਤਾਂ ਉਹ ਕੋਈ ਵੀ ਗਾਣਾ ਫਿਲਮ ਆਉਂਦੀ ਹੈ ਤਾਂ ਉਹ ਰਿਲੇਟ ਕਰ ਲੈਂਦੇ ਆਪਣੇ ਆਪ ਨਾਲ, ਹੈ ਨਾ, ਇਹ ਰਿਸ਼ਤੇ ਹੀ ਇੱਦਾਂ ਦੇ ਆ, ਘਾਟ ਮਹਿਸੂਸ ਹੁੰਦੀ ਹੈ। ਤਾਂ ਉੱਦਾਂ ਹੀ ਸੀਗਾ ਜਦੋਂ ਫਿਲਮ ਕਰ ਰਹੇ ਸੀ ਜਾਂ ਜਦੋਂ ਸੀਨ ਦੇਖਦੇ ਸੀ, ਜਿਵੇਂ ਹੁਣ ਟ੍ਰੇਲਰ ਦੇਖਦੇ ਹਾਂ ਫਿਲਮ ਦੇਖਾਂਗੇ, ਤਾਂ ਉਹ ਚੀਜ਼ਾਂ ਦੀ ਅਸੀਂ ਕਰਦੇ ਰਹਿੰਦੇ ਹਾਂ, ਕਿਉਂਕਿ ਆਪ ਅਸੀਂ, ਕਿਉਂਕਿ ਰੋਜ਼ਮਰਾ ਦੀ ਜ਼ਿੰਦਗੀ ਦੀ ਕਹਾਣੀ ਆ, ਰਾਣੇ ਬਾਈ ਦੀ ਇਹੀ ਖਾਸੀਅਤ ਆ ਕਿ ਉਹ ਜਿਹੜਾ ਸਾਡਾ ਪੇਂਡੂ ਜੀਵਨ ਆ ਉਹਦੇ ਵਿੱਚ ਕਹਾਣੀਆਂ ਪਾਤਰ ਚੱਕ ਕੇ ਫਿਲਮ ਸਕ੍ਰਿਪਟ ਲਿਖਦੇ ਆ, ਤਾਂ ਤਾਂ ਕਰਕੇ ਸਾਰਿਆਂ ਨਾਲ ਰਿਲੇਟ ਕਰਦੀ ਆ। ਇਹ ਮਾਂ ਇਹਨਾਂ ਕਿਰਦਾਰਾਂ ਦੀ ਨਹੀਂ, ਇਹ ਪੂਰੇ ਮਤਲਬ ਪੰਜਾਬ 'ਚ ਜਿੰਨੇ ਦਰਸ਼ਕ ਵਰਗ ਆ ਸਾਨੂੰ ਦੇਖਣ ਵਾਲਾ, ਹਰੇਕ ਪਿੰਡ ਦੀ, ਹਰੇਕ ਪਰਿਵਾਰ ਦੀ, ਹਰੇਕ ਮਤਲਬ ਆਲੇ ਦੁਆਲੇ ਵਾਲਿਆਂ ਦੇ ਮਤਲਬ ਕਿਰਦਾਰਾਂ ਦੀ ਕਹਾਣੀ ਹੈ ਜੀ। ਅੱਛਾ, ਰਾਣਾ ਸਰ ਦੀ ਜੇਕਰ ਗੱਲ ਕਰਾਂ ਤਾਂ ਉਹਨਾਂ ਦੀ ਪੋਸਤੀ ਦੇ ਟਾਈਮ 'ਤੇ ਜਿਹੜੀ ਉਹਨਾਂ ਨੇ ਲਿਖਿਆ ਸੀਗਾ, ਜੋ ਵੀ ਉਹਨਾਂ ਨੇ ਕਿਹਾ ਸੀ, ਮੈਂ ਕਿਰਦਾਰ ਆਪਣੇ ਇਸ ਤਰੀਕੇ ਨਾਲ ਲਿਖੇ ਨੇ ਕਿ ਮੈਂ ਉਹਨਾਂ ਦੇ ਕੱਪੜਿਆਂ ਦੇ ਰੰਗ ਤੱਕ ਵੀ ਪਹਿਲਾਂ ਸੋਚ ਕੇ ਰੱਖਦਾ, ਅਤੇ ਇਸ ਫਿਲਮ ਦੇ ਵਿੱਚ ਉਹ ਕਿੰਨੀ ਕੁ ਬਰੀਕੀ ਰਹੀ ਅਤੇ ਕਿਸ ਤਰੀਕੇ ਨਾਲ ਉਸ 'ਤੇ ਕੰਮ ਕੀਤਾ ਗਿਆ? ਉਹ ਬਿਲਕੁਲ ਕਰਦੇ ਹੀ, ਫਿਰ ਉਹ ਇੱਕ ਸ਼ੇਡ ਹੁੰਦੀ ਹੈ ਨਾ ਕਿਰਦਾਰ ਦੀ ਵੀ ਕਿੱਦਾਂ ਕਿੱਦਾਂ ਕਿਵੇਂ, ਤਾਂ ਉਹ ਤਾਂ ਮਤਲਬ ਇਹ ਸੀਗਾ ਜਿਹੜਾ ਪੋਸਟਰ ਵੀ ਸੀਗਾ ਪੋਸਤੀ ਦਾ, ਹੁਣ ਤਾਂ ਮੇਰੇ ਉਹ ਹੈ ਨਹੀਂ, ਪਰ ਉਹ ਇੱਦਾਂ ਹੀ ਸੀਗਾ ਜ਼ਿਹਨ 'ਚ, ਉਹਦਾ ਇਹ ਸੀਗਾ ਵੀ ਜਿਹੜੇ ਚੜ੍ਹਦੀ ਕਲਾ ਦੇ ਪ੍ਰਤੀਕ ਸੀਗੇ, ਜਿਹੜੇ ਇੱਕ ਆ ਕੇ ਮਤਲਬ ਚੇਂਜ ਹੁੰਦੇ ਨੇ, ਉਹ ਕਿਰਦਾਰਾਂ ਦਾ ਇੱਕ ਪਾਸੇ ਸੀਗਾ, ਉੱਦਾਂ ਸੂਰਜ ਵਾਲਾ ਮਤਲਬ ਮਾਹੌਲ ਸੀ,
ਇੱਕ ਸੀਗੇ ਜਿਹੜੇ ਥੋੜੇ ਗ੍ਰੇ ਸ਼ੇਡ ਦੇ ਸੀ ਉਹਨਾਂ ਦਾ ਦੇਖਾਂ ਉਹ ਮਤਲਬ ਉਹ 'ਚ ਵੀ ਸਿੰਬੋਲਿਕਲੀ ਰਾਣਾ ਬਾਈ ਸਿੰਬੋਲਿਕਲੀ ਗੱਲਾਂ ਬਹੁਤ ਕਰਦੇ ਹੈਗੇ ਜੀ। ਔਰ ਉਹ ਫਿਰ ਇਹੀ ਹੈ ਵੀ ਜਦੋਂ ਸਕ੍ਰਿਪਟ ਦੇ ਵਿੱਚ ਜਿਹੜੀਆਂ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਜਿਹੜੀ ਪ੍ਰੋਪਰਟੀ ਹੈ ਜਿਹੜੀ ਥਾਂ ਜਿਹੜੀ ਸਿਚੁਏਸ਼ਨ ਆ ਉਹਨੂੰ ਫਿਰ ਉਸੇ ਤਰੀਕੇ ਨਾਲ ਹੀ ਉਸੇ ਲੋੜਾਂ ਨਾਲ ਹੀ ਫਰਮਾਉਣਾ ਪੈਂਦਾ ਜੀ। ਅਤੇ ਅੱਛਾ ਫਿਲਮ ਦਾ ਟ੍ਰੇਲਰ ਵੀ ਆ ਚੁੱਕਿਆ, ਦਰਸ਼ਕਾਂ ਨੇ ਵੀ ਦੇਖਿਆ, ਕਾਫੀ ਪਸੰਦ ਕਰ ਰਹੇ ਨੇ, ਅਤੇ ਜਦੋਂ ਵੀ ਫਿਲਮ ਤੁਸੀਂ ਸਾਈਨ ਕੀਤੀ ਸੀ ਅਤੇ ਹੁਣ ਜਦੋਂ ਟ੍ਰੇਲਰ ਦੇਖਿਆ ਤੁਹਾਡੇ ਮਦਰ ਦਾ ਕੀ ਰਿਐਕਸ਼ਨ ਹੈ ਅਤੇ ਕੀ ਕੰਪਲੀਮੈਂਟ ਮਿਲਿਆ? ਮੰਮੀ ਨੇ ਅਜੇ ਮੇਰੇ ਖਿਆਲ 'ਚ ਦੇਖਿਆ ਨਹੀਂ ਹੋਣਾ ਟ੍ਰੇਲਰ ਜੀ, ਕਿਉਂਕਿ ਉਹ ਪਿੰਡ ਰਹਿੰਦੇ ਹੈਗੇ। ਮੈਂ ਇੱਥੇ ਰਹਿਣਾ ਹੁਣ ਸ਼ਾਮ ਨੂੰ, ਹੁਣ ਕਰੂੰਗਾ ਫੋਨ, ਹੁਣ ਪੁੱਛੂੰਗਾ ਜਿੱਦਾਂ ਦੇਖ ਲਿਆ ਹੈ, ਕਿਉਂਕਿ ਚਾਚੇ ਦਾ ਮੁੰਡਾ ਦਿਖਾ ਆਉਂਦਾ ਜਾ, ਉਹ ਆਪ ਤਾਂ ਉਹਨਾਂ ਨੂੰ ਫੋਨ 'ਤੇ ਕੱਢਣਾ ਨਹੀਂ ਆਉਂਦਾ ਨਾ ਚਲਾਉਣਾ ਆਉਂਦਾ ਨਾ, ਅਤੇ ਉਹ ਹੁਣ ਦੇਖਣਗੇ ਜਾਂ ਨਹੀਂ ਦੇਖਿਆ ਹੋਊਗਾ ਕਹੂੰਗਾ ਵੀ ਦੇਖ ਲਿਓ ਤਾਂ ਦੱਸਣਗੇ ਫਿਰ। ਅਤੇ ਤੁਹਾਡਾ ਆਪਣਾ ਪਰਸਨਲੀ ਜਦੋਂ ਸੈੱਟ 'ਤੇ ਕੰਮ ਕਰ ਰਹੇ ਸੀ, ਕਾਫੀ ਸਾਰੇ ਇਹੋ ਜਿਹੇ ਸੀਨ ਆਉਂਦੇ ਨੇ ਜਦੋਂ ਦਿਵਿਆ ਮੈਡਮ ਵੀ ਬੱਚਿਆਂ ਨੂੰ ਖਾਣਾ ਆਪ ਖਿਲਾਉਂਦੇ ਨੇ, ਜਾਂ ਫਿਰ ਇੱਕ ਮਾਂ ਦਾ ਪਿਆਰ ਜਿਹੜਾ ਉਹ ਦਿਖਾਇਆ ਗਿਆ ਨਾ ਸਕਰੀਨ 'ਤੇ, ਅਤੇ ਉਸ ਵੇਲੇ ਤੁਹਾਨੂੰ ਮਦਰ ਦੀ ਕਿੰਨੀ ਕੁ ਯਾਦ ਆਈ, ਜਾਂ ਫਿਰ ਕੋਈ ਇਹੋ ਜਿਹਾ ਕਿੱਸਾ ਵੀ ਤੁਸੀਂ ਫੋਨ ਕੀਤਾ ਹੋਵੇ ਸਪੈਸ਼ਲੀ ਜਾਂ ਚੇਤੇ ਆਏ? ਨਹੀਂ, ਮੇਰੇ ਨਾਲ ਮੈਡਮ ਹੋਰਾਂ ਦੇ ਉੱਦਾਂ ਦੇ ਸੀਨ ਹੈ ਨਹੀਂ ਖਰ, ਉਹ ਜਦੋਂ ਅਸੀਂ ਟੀਜ਼ਰ ਜਾਂ ਟ੍ਰੇਲਰ ਦੇਖ ਰਹੇ ਹਾਂ ਜਾਂ ਗਾਣੇ ਦੇਖ ਰਹੇ ਹਾਂ ਉਹਦੇ ਉਹ 'ਚ ਲੱਗ ਰਿਹਾ, ਕਿਉਂਕਿ ਉਹ ਪਾਰਟ 'ਚ ਮੈਂ ਹੈ ਨਹੀਂ ਸੀਗਾ। ਮੇਰਾ ਉਹ ਹੈ ਜਿਹੜਾ ਤੁਸੀਂ ਟ੍ਰੇਲਰ 'ਚ ਦੇਖਿਆ, ਜਾਂ ਇੱਕ ਦੋ ਸੀਨ ਹੋਰ ਨੇ ਮੈਡਮ ਹੋਰਾਂ ਨਾਲ ਨੇੜੇ ਮੇਰੇ, ਤਾਂ ਸਾਡਾ ਉੱਦਾਂ ਦਾ ਪਿਆਰ ਹੈਗਾ, ਪਰ ਵੀ ਮੇਰੇ ਨਾਲ ਉਵੇਂ ਨਹੀਂ ਦਿਖਾਇਆ ਹੋਇਆ ਇਹਦੇ ਵਿੱਚ। ਦੂਜੀ ਗੱਲ ਇਹ ਵੀ ਫੋਨ ਨਾਲ ਤਾਂ ਇਹ ਵੀ ਮਾਂ ਨਾਲ ਤਾਂ ਪਿਆਰ ਉਵੇਂ ਹੀ ਰਹਿੰਦਾ ਹੈ ਨਾ, ਤਾਂ ਵੀ ਕੋਈ ਇੱਦਾਂ ਵੀ ਮੇਰੇ ਕੋਲ ਪਾਰਟੀਕੁਲਰ ਚੀਜ਼ ਤਾਂ ਨਹੀਂ ਯਾਦ ਵੀ ਮੈਂ ਇਹ ਦੇਖ ਕੇ ਜਾਂ ਉਹ ਦੇਖ ਕੇ ਫੋਨ ਕੀਤਾ ਜਾਂ ਮੈਂ ਬਦਲਿਆ ਜਾਂ ਚੇਂਜ, ਕਿਉਂਕਿ ਅਸੀਂ ਮਾਂ ਨੂੰ ਤੁਸੀਂ ਇਹ ਤਾਂ ਹੈ ਨਹੀਂ ਵੀ ਹੁਣ ਘੱਟ ਪਿਆਰ ਕਰਦੇ ਫਿਰ ਵੱਧ ਕਰਨ ਲੱਗ ਗਏ ਨਾ, ਮਾਂ ਨੂੰ ਤਾਂ ਮਾਂ ਵਾਲਾ ਪਿਆਰ ਜਿਵੇਂ ਹੁੰਦਾ ਬੇਇੰਤਹਾਈ ਕਰਦੇ ਹੁੰਦੇ ਹੈ ਨਾ, ਤਾਂ ਉਹ ਹੈਗਾ ਸੀਗਾ। ਬਾਕੀ ਇਹ ਸੀਗਾ ਵੀ ਉਹ ਕੁਛ ਜਿਹੜੇ ਸੀਨ ਮੇਰੇ ਨਾਲ ਸੀਗੇ ਮੈਂ ਉਹੀ ਕੀਤਾ ਉਹਨਾਂ ਨਾਲ ਮੈਡਮ ਨੇ। ਅੱਛਾ, ਅਕਸਰ ਕਿਹਾ ਜਾਂਦਾ ਕਿ ਫਿਲਮਾਂ ਜਿਹੜਾ ਜ਼ਿਆਦਾਤਰ ਸਿਰਫ ਐਂਟਰਟੇਨਮੈਂਟ ਦਾ ਸੋਰਸ ਹੁੰਦੀਆਂ ਨੇ, ਪਰ ਕਈ ਫਿਲਮਾਂ ਇਹੋ ਜਿਹੀਆਂ ਹੁੰਦੀਆਂ ਨੇ ਜੋ ਸਾਨੂੰ ਬਹੁਤ ਕੁਛ ਸਿਖਾ ਕੇ ਜਾਂਦੀਆਂ ਨੇ, ਰਿਐਲਿਟੀ ਦੇ ਬਹੁਤ ਨੇੜੇ ਹੁੰਦੀਆਂ ਨੇ, ਅਤੇ ਕੀ ਲੱਗਦਾ ਕਿ ਮਾਂ ਫਿਲਮ ਸਾਨੂੰ ਕੀ ਕੁਛ ਸਿਖਾ ਕੇ ਜਾਂਦੀ? ਬਿਲਕੁਲ ਜੀ, ਦੇਖੋ ਤੁਸੀਂ ਸ਼ਬਦ ਟਾਈਟਲ ਤੋਂ ਹੀ ਅਨੁਮਾਨ ਲਗਾ ਸਕਦੇ ਹੋ ਵੀ ਮਾਂ ਅਤੇ ਫਿਲਮ ਹੈ ਨਾ, ਤਾਂ ਮਾਂ ਮਾਂ ਹੀ ਤਾਂ ਹੈਗੀ ਜਿਹੜੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ ਹੈ ਨਾ, ਸਾਨੂੰ ਉੱਠਣਾ ਬੈਠਣਾ ਤੋਂ ਲੈ ਕੇ ਮਤਲਬ ਜ਼ਿੰਦਗੀ ਦਾ ਜਿਹੜਾ ਸੱਚ ਆ ਉਹਦੇ ਬਾਰੇ ਸਾਨੂੰ ਜਾਣੂ ਕਰਵਾਉਂਦੇ ਹੈ ਨਾ, ਤਾਂ ਇਹਦਾ ਫਿਲਮ ਪੂਰੀ ਆਪਣੇ ਆਪ 'ਚ ਇੱਕ ਮੈਸੇਜ ਹੈ, ਰਿਸ਼ਤਿਆਂ ਦੀ ਨਿੱਘ, ਰਿਸ਼ਤਿਆਂ ਦਾ ਮੋਹ, ਰਿਸ਼ਤਿਆਂ ਦਾ ਅਹਿਸਾਸ ਸਾਨੂੰ ਮਤਲਬ ਇਹ ਫਿਲਮ ਰਾਹੀਂ ਪਤਾ ਲੱਗਣਾ, ਅਤੇ ਕਈ ਚੀਜ਼ਾਂ ਨੇ ਜਿਹੜੀਆਂ ਦੇਖ ਕੇ ਬੰਦਾ ਕਹਿੰਦਾ ਵੀ ਯਾਰ ਆਹ ਚੀਜ਼ਾਂ 'ਚ ਪਏ ਹਾਂ ਅਸੀਂ, ਮਤਲਬ ਹਾਂ ਇਹ ਜ਼ਰੂਰ ਹੈ ਵੀ ਫਿਲਮ ਦੇਖ ਕੇ ਦੇਖਣ ਤੋਂ ਬਾਅਦ ਜਿਹੜਾ ਕੋਈ ਮਾਂ ਤੋਂ ਦੂਰ ਰਹਿੰਦਾ ਉਹ ਹੋ ਸਕਦਾ ਐਕਸਪ੍ਰੈਸ ਕਰਦੇ ਆਪਣਾ ਪਿਆਰ ਜਿਹੜੇ ਨਹੀਂ ਕਰ ਸਕਦੇ ਹੁੰਦੇ ਹੈ ਨਾ, ਜਾਂ ਫੋਨ ਕਰੇ ਜਾਂ ਉੱਦਾਂ, ਕਿਉਂਕਿ ਫਿਲਮ ਬਹੁਤ ਖੂਬਸੂਰਤ ਬਣੀ ਹੋਈ ਹੈ ਔਰ ਮੈਸੇਜ ਭਰਪੂਰ ਹੀ ਹੈ ਸਾਰੀ ਫਿਲਮ। ਐਜ਼ ਐਨ ਐਕਟਰ ਅਸੀਂ ਜਦੋਂ ਅੱਗੇ ਤੋਂ ਅੱਗੇ ਪ੍ਰੋਜੈਕਟ ਕਰਦੇ ਰਹਿੰਦੇ ਹਾਂ ਅਤੇ ਅਸੀਂ ਬਹੁਤ ਕੁਛ ਚੇਂਜਸ ਆਉਂਦੇ ਨੇ, ਇਸ ਫਿਲਮ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਕਰੀਅਰ ਦੇ ਮਾਮਲੇ ਵਿੱਚ ਜਾਂ ਪਰਸਨਲੀ ਕੋਈ ਚੇਂਜ ਆਇਆ ਹੋ? ਕੈਰੀਅਰ ਦੇ ਮਾਮਲੇ 'ਚ ਇਹ ਹੈ ਵੀ ਹੁਣ ਫਿਲਮ ਰਿਲੀਜ਼ ਹੋਊਗੀ ਜੀ, ਕਿਰਦਾਰ ਨੂੰ ਕਿੰਨਾ ਕੁ ਪਸੰਦ ਕੀਤਾ ਜਾਊਗਾ ਦਰਸ਼ਕਾਂ ਵੱਲੋਂ, ਜਿਹੜੇ ਹੋਰ ਡਾਇਰੈਕਟਰ ਸਾਹਿਬਾਨ ਹੋਣਗੇ ਸਾਡੇ ਉਹਨਾਂ ਵੱਲੋਂ, ਰਾਈਟਰਾਂ ਵੱਲੋਂ, ਫਿਰ ਮੇਰੇ ਲਈ ਇਸ ਕਿਰਦਾਰ ਨੂੰ ਦੇਖ ਕੇ ਕੰਮ ਅੱਗੇ ਮਿਲੇ, ਉਹ ਤਾਂ ਬਾਅਦ ਦੀ ਗੱਲ ਹੈ ਹਜੇ, ਪਰ ਉਹ ਤਾਂ ਬਾਅਦ 'ਚ ਪਤਾ ਲੱਗੂਗਾ। ਪਰ ਇਹ ਵੀ ਫਿਲਮ ਕਰਕੇ ਜਾਂ ਦੇਖ ਆਪਦੇ ਆਪ ਨੂੰ ਕਰਕੇ ਬਹੁਤ ਮਜ਼ਾ ਹੈ, ਮਤਲਬ ਮੈਂ ਇਸ ਸੋਹਣੇ ਦਾ ਕਿਰਦਾਰ ਜਿਹੜਾ ਮੇਰੇ ਪਸੰਦੀਦਾ ਕਿਰਦਾਰਾਂ 'ਚ ਇੱਕ ਹੈ ਜੀ, ਜਿੰਨੇ ਮੈਂ ਹੁਣ ਤੱਕ ਕੀਤੇ। ਜ਼ਿਲ੍ਹਾ ਸੰਗਰੂਰ ਵਿੱਚ ਵੀ ਤੁਹਾਡਾ ਕਿਰਦਾਰ ਵੇਖਿਆ, ਹੁਣ ਗਲਵੱਕੜੀ ਆਈ ਸੀ, ਬੱਬਰ ਵੀ ਆਈ ਸੀ, ਅਤੇ ਹੁਣ ਮਾਂ ਵੀ ਆ ਰਹੀ ਹੈ, ਅਤੇ ਪਰਸਨਲੀ ਕੋਈ ਇਹੋ ਜਿਹਾ ਕਰੈਕਟਰ ਜਿਹੜਾ ਹਾਲੇ ਵੀ ਰਹਿੰਦਾ ਹੈ ਵੀ ਨਹੀਂ ਇਹ ਮੈਨੂੰ ਮਿਲੇ ਤਾਂ ਮੈਂ ਇਹ ਕਰਨਾ ਚਾਹੁੰਦਾ? ਨਹੀਂ, ਹਜੇ ਤਾਂ ਕੀਤੇ ਕੁਛ ਨਹੀਂ, ਹਜੇ ਤਾਂ ਸਾਰੇ ਕਰਨ ਵਾਲੇ ਪਏ ਆ, ਜਦੋਂ ਕਾਫੀ ਬਹੁਤਾਤ 'ਚ ਕਰ ਲਾਂਗੇ ਫਿਰ ਉਹਦਾ ਬਹਿ ਕੇ ਲਾਵਾਂਗੇ ਅਨੁਮਾਨ ਵੀ ਹੁਣ ਕਿਹੜਾ ਰਹਿੰਦਾ, ਹਜੇ ਤਾਂ ਸਾਰੇ ਕਰਨ ਵਾਲੇ ਪਏ ਜੀ। ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ 'ਚ ਕਾਫੀ ਬਦਲਾਵ ਆ, ਤੁਸੀਂ ਅਕਸਰ ਆਪਣੇ ਸੋਸ਼ਲ ਮੀਡੀਆ 'ਤੇ ਲਿਖਦੇ ਰਹਿੰਦੇ ਹੋ ਕਿ ਮੇਰੀਆਂ ਮਾਂ ਦੀਆਂ ਦੁਆਵਾਂ ਨੇ, ਮੈਂ ਉਹਨਾਂ ਨੂੰ ਦਿਖਾਉਣਾ ਚਾਹੁੰਦਾ ਹਾਂ, ਅਤੇ ਹੁਣ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਜਦੋਂ ਪਿੰਡ ਜਾਂਦੇ ਹੁੰਦੇ ਹੋ, ਜਾਂ ਫਿਰ ਕਿੰਨਾ ਕੁ ਬਦਲਾਅ ਫੀਲ ਕਰਦੇ? ਉਹ ਖੁਸ਼ ਹੁੰਦੇ ਆ, ਬਹੁਤ ਖੁਸ਼ ਹੁੰਦੇ ਆ ਹੁਣ, ਅਤੇ ਉਹਨਾਂ ਨੂੰ ਖੁਸ਼ੀ ਹੁੰਦੀ ਆ ਦੇਖ ਕੇ ਮੈਨੂੰ। ਔਰ ਜਦੋਂ ਕਦੇ ਅਸੀਂ ਰਿਸ਼ਤੇਦਾਰੀ 'ਚ ਜਾਂਦੇ ਹਾਂ, ਕਿਸੇ ਵਿਆਹ ਸ਼ਾਦੀ 'ਤੇ, ਕਿਸੇ ਫੰਕਸ਼ਨ 'ਤੇ ਕਿਤੇ ਵੀ ਜਾਂਦੇ ਹਾਂ, ਜਾਂ ਮੈਂ ਪਿੰਡ ਗਿਆ ਹੋਣਾ ਕੋਈ ਮੈਨੂੰ ਮਿਲਣ ਆਉਂਦਾ, ਫੋਟੋਆਂ ਕਰਾਉਂਦੇ ਆ, ਤਾਂ ਉਹਨਾਂ ਨੂੰ ਖੁਸ਼ੀ ਹੁੰਦੀ ਆ ਹੁਣ ਵੀ ਜੋ ਇਹ ਕਰਨਾ ਚਾਹੁੰਦਾ ਸੀ ਉਹ ਕਰ ਰਿਹਾ। ਆਖਿਰ 'ਤੇ ਦਰਸ਼ਕਾਂ ਲਈ ਕੋਈ ਸੰਦੇਸ਼? ਬਸ ਦਰਸ਼ਕਾਂ ਲਈ ਇਹੀ ਹੈ ਜੀ, 6 ਮਈ ਨੂੰ ਫਿਲਮ ਆ ਰਹੀ ਹੈ, ਆਪਣੇ ਪਰਿਵਾਰਾਂ ਨਾਲ, ਦੋਸਤਾਂ ਮਿੱਤਰਾਂ ਨਾਲ, ਸਪੈਸ਼ਲੀ ਆਪਣੇ ਮਾਂ ਨੂੰ ਲੈ ਕੇ ਇਸ ਫਿਲਮ ਨੂੰ ਦੇਖਣ ਜ਼ਰੂਰ ਜਾਇਓ, ਅਤੇ 6 ਮਈ ਨੂੰ ਇਹ ਫਿਲਮ ਰਿਲੀਜ਼ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ 'ਚ ਹੋ ਜਾਣੀ ਹੈ। ਸੋ ਫਿਲਮ ਨੂੰ ਦੇਖਿਓ ਅਤੇ ਆਪਣੇ ਜਿਹੜੇ ਫੀਡਬੈਕ ਨੇ ਸਾਨੂੰ ਜ਼ਰੂਰ ਪਹੁੰਚਾਇਓ, ਤੁਹਾਡੀ ਅਸੀਂ ਵੇਟ ਕਰਾਂਗੇ 6 ਮਈ ਨੂੰ ਸਿਨੇਮਾ ਘਰਾਂ 'ਚ ਮਾਂ ਨਾਲ। ਸਤਿ ਸ਼੍ਰੀ ਅਕਾਲ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ। ਸ਼ੁਕਰੀਆ ਜੀ, ਮਿਹਰਬਾਨੀ। ਅਤੇ ਉਮੀਦ ਹੈ ਕਿ 6 ਮਈ ਨੂੰ ਜਦੋਂ ਮਾਂ ਫਿਲਮ